ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ ਜੀ ਸਾਰੇ? ਅੱਜ ਅਸੀਂ ਬੀਬੀ ਰਜਨੀ ਅਤੇ ਯਾਰਾਂ ਦੇ ਯਾਰ ਗਾਂਧੀ 3 ਮੂਵੀ ਦੀ ਕਮਾਈ ਬਾਰੇ ਗੱਲ ਕਰਾਂਗੇ ਅਤੇ ਦੱਸਾਂਗੇ ਕਿ ਇਸ ਮੂਵੀ ਨੇ ਇੱਕ ਦਿਨ ਵਿੱਚ ਕਿੰਨੇ ਕਰੋੜ ਕਮਾਏ। ਪਹਿਲੇ ਪਾਸੇ ਗਾਂਧੀ 3 ਨੂੰ ਪਹਿਲੇ ਹੀ ਦਿਨ ਦਰਸ਼ਕਾਂ ਵੱਲੋਂ ਬਹੁਤ ਵਧੀਆ ਰਿਸਪੋਂਸ ਮਿਲਿਆ। ਉੱਥੇ ਹੀ ਦੂਜੇ ਪਾਸੇ ਰੂਪੀ ਗਿੱਲ ਦੀ ਬੀਬੀ ਰਜਨੀ ਫਿਲਮ ਨੇ ਵੀ ਇਤਿਹਾਸ ਲਿਖ ਦਿੱਤਾ ਹੈ। ਜਿੰਨੀ ਇਸ ਫਿਲਮ ਤੋਂ ਉਮੀਦ ਲਗਾਈ ਜਾ ਰਹੀ ਸੀ ਉਸ ਤੋਂ ਕਈ ਕਰੋੜ ਵੱਧ ਇਸ ਫਿਲਮ ਨੇ ਕਮਾਏ ਹਨ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਹਨਾਂ ਦੋਵਾਂ ਫਿਲਮਾਂ ਬਾਰੇ ਗੱਲ ਕਰਾਂਗੇ। ਪਹਿਲਾਂ ਗੱਲ ਕਰਾਂਗੇ ਯਾਰਾਂ ਦਾ ਯਾਰ ਗਾਂਧੀ 3 ਬਾਰੇ, ਜਿਸ ਵਿੱਚ ਦੇਵ ਖਰੋੜ, ਲੱਕੀ ਧਾਲੀਵਾਲ, ਨਵਦੀਪ ਕਲੇਰ ਅਤੇ ਆਦਿੱਤਿਆ ਆਰਿਆ ਨਾਲ ਹੋਰ ਕਈ ਐਕਟਰ ਸਾਨੂੰ ਦੇਖਣ ਨੂੰ ਮਿਲੇ। ਦੇਵ ਖਰੋੜ ਦੀ ਇਸ ਫਿਲਮ ਦਾ ਬਜਟ ਲਗਭਗ 50 ਤੋਂ 60 ਕਰੋੜ ਦਾ ਦੱਸਿਆ ਜਾ ਰਿਹਾ ਹੈ। ਇਸ ਫਿਲਮ ਦਾ ਟ੍ਰੇਲਰ ਵੀ ਬਹੁਤ ਜ਼ਿਆਦਾ ਸ਼ਾਨਦਾਰ ਸੀ, ਜਿਸ ਕਰਕੇ ਦਰਸ਼ਕਾਂ ਵਿੱਚ ਫਿਲਮ ਨੂੰ ਦੇਖਣ ਦਾ ਚਾਅ ਵੱਧਦਾ ਗਿਆ ਅਤੇ ਇਸ ਫਿਲਮ ਦੀ ਪ੍ਰਮੋਸ਼ਨ ਵਿੱਚ ਇਸ ਫਿਲਮ ਦੇ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ। ਇਸ ਫਿਲਮ ਨੂੰ ਇੰਡੀਆ ਤੋਂ ਇਲਾਵਾ ਆਸਟ੍ਰੇਲੀਆ, ਕੈਨੇਡਾ, ਇਟਲੀ, ਯੂਰੋਪ ਅਤੇ ਹੋਰ ਵੀ ਬਾਹਰਲੀ ਕਈ ਕੰਟਰੀਆਂ ਵਿੱਚ ਰਿਲੀਜ਼ ਕੀਤਾ ਗਿਆ ਅਤੇ ਹਰ ਜਗ੍ਹਾ ਤੋਂ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰ ਭਰ ਕੇ ਪਿਆਰ ਮਿਲਿਆ। ਗਾਂਧੀ 3 ਨੂੰ ਡਾਇਰੈਕਟ ਮਨਦੀਪ ਬੈਨੀਪਾਲ ਅਤੇ ਪ੍ਰੋਡਿਊਸ ਰਵਨੀਤ ਕੌਰ ਚਹਿਲ, ਰਾਜੇਸ਼ ਕੁਮਾਰ ਅਰੋੜਾ, ਅਸ਼ਵਨੀ ਸ਼ਾਹਾਨੀ ਨੇ ਮਿਲ ਕੇ ਕੀਤਾ ਹੈ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ 800 ਦੇ ਕਰੀਬ ਸਕਰੀਨ 'ਤੇ ਰਿਲੀਜ਼ ਕੀਤਾ ਗਿਆ ਅਤੇ ਹੁਣ ਗਾਂਧੀ 3 ਦੀ ਪਹਿਲੇ ਦਿਨ ਦੀ ਕਮਾਈ ਦੀ ਗੱਲ ਕਰੀਏ ਤਾਂ ਗਾਂਧੀ 3 ਫਿਲਮ ਨੇ ਪਹਿਲੇ ਹੀ ਦਿਨ 80 ਤੋਂ 90 ਲੱਖ ਸਿਨੇਮਾ ਘਰਾਂ 'ਚ ਕਮਾਈ ਕਰ ਰਹੀ ਹੈ, ਜੋ ਕਿ ਬਹੁਤ ਸ਼ਾਨਦਾਰ ਕਲੈਕਸ਼ਨ ਹੈ। ਅਤੇ ਹੁਣ ਜੇ ਦੂਜੇ ਪਾਸੇ ਫਿਲਮ ਬੀਬੀ ਰਜਨੀ ਦੀ ਗੱਲ ਕਰੀਏ ਤਾਂ ਜਿਸ ਵਿੱਚ ਸਾਨੂੰ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਸ ਬਾਜਵਾ ਅਤੇ BN ਸ਼ਰਮਾ ਦੇ ਨਾਲ ਹੋਰ ਕਈ ਐਕਟਰ ਸਾਨੂੰ ਦੇਖਣ ਨੂੰ ਮਿਲੇ। ਬੀਬੀ ਰਜਨੀ ਫਿਲਮ ਜੋ ਕਿ ਇਤਿਹਾਸ 'ਤੇ ਬਣਾਈ ਗਈ ਫਿਲਮ ਹੈ ਅਤੇ ਦਰਸ਼ਕਾਂ ਵੱਲੋਂ ਵੀ ਫਿਲਮ ਨੂੰ ਵੇਖਣ ਦਾ ਬਹੁਤ ਜ਼ਿਆਦਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਬੀਬੀ ਰਜਨੀ ਫਿਲਮ ਦਾ ਬਜਟ 4 ਤੋਂ 8 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ। ਇਸ ਫਿਲਮ ਨੂੰ ਇੰਡੀਆ ਤੋਂ ਇਲਾਵਾ UK, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਿੱਚ ਵੀ ਰਿਲੀਜ਼ ਕੀਤਾ ਜਾ ਰਿਹਾ ਹੈ। ਬੀਬੀ ਰਜਨੀ ਫਿਲਮ ਦੀ ਪ੍ਰਮੋਸ਼ਨ ਵਿੱਚ ਇਸ ਟੀਮ ਦੀ ਨੇ ਵੀ ਬਹੁਤ ਮਿਹਨਤ ਕੀਤੀ ਹੈ। ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ। ਇਸ ਫਿਲਮ ਨੂੰ ਡਾਇਰੈਕਟ ਅਮਰ ਹੁੰਡਲ ਨੇ ਕੀਤਾ ਹੈ, ਪ੍ਰੋਡਿਊਸ ਪਿੰਕੀ ਧਾਲੀਵਾਲ ਅਤੇ ਨਿਧੀ ਤਲਵਾਰ ਨੇ ਮਿਲ ਕੇ ਕੀਤਾ ਹੈ। ਬੀਬੀ ਰਜਨੀ ਫਿਲਮ ਨੂੰ 800 ਤੋਂ 1000 ਸਕਰੀਨ ਵਿੱਚ ਰਿਲੀਜ਼ ਕੀਤਾ ਗਿਆ ਹੈ ਅਤੇ ਹੁਣ ਇਸ ਫਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਪਹਿਲੇ ਹੀ ਦਿਨ 1 ਕਰੋੜ ਅਤੇ ਸਿਨੇਮਾ ਘਰਾਂ ਵਿੱਚ 60 ਤੋਂ 70 ਲੱਖ ਦੀ ਕਮਾਈ ਕਰ ਰਹੀ ਹੈ, ਜੋ ਕਿ ਬਹੁਤ ਸ਼ਾਨਦਾਰ ਕਲੈਕਸ਼ਨ ਹੈ। ਬਾਕੀ ਹੁਣ ਦੋਵਾਂ ਫਿਲਮਾਂ ਵਿੱਚੋਂ ਕਿਹੜੀ ਫਿਲਮ ਤੁਸੀਂ ਦੇਖ ਚੁੱਕੇ ਹੋ ਅਤੇ ਫਿਲਮ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜਿਨ੍ਹਾਂ ਨੇ ਨਹੀਂ ਦੇਖੀ ਉਹ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਨਜ਼ਦੀਕੀ ਸਿਨੇਮਾ ਘਰ ਵਿੱਚ ਜਾ ਕੇ ਫਿਲਮ ਨੂੰ ਜ਼ਰੂਰ ਦੇਖੋ। ਅਤੇ ਜੇ ਸਾਡੀ ਇਹ ਵੀਡੀਓ ਥੋੜ੍ਹੀ ਜਿਹੀ ਵੀ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਥੈਂਕ ਯੂ।